लंबे समय तो गिली रुकिया ब्लेसिंग रुकिया जिन्हें कार्य प्रभु का शराब है प्रभु के अरकाज वो अपने मन में कन्फेशन कर और मनन के परमेश्वर आज तो के मैं अपनी मर्जी नहीं करूंगा मैं अपनी मर्जी ना नहीं जियांगा मैं जीवांगा तेरे वचन द्वारा मैं करूंगा महिमा तुम्हारी मैं बड़ाई करूंगा सिर्फ तुम्हारी प्रभु और मेरे जीवन से सिर्फ तुम्हारी इच्छा मैं पूरा कर सका और प्रभु मेरे जीवन सिर्फ तुम्हारी मर्जी पूरी होवे प्रभु जी करके जेड़े लोग तन मन और धन तो इस काम को रिसीव करेंगे उन्होंने करते ਉਹਨਾਂ ਦੀ ਲਾਈਫ ਚੇਂਜ ਹੋਏਗੀ ਉਹਨਾਂ ਦੇ ਘਰ ਬਦਲ ਗਏ ਆਮੀਨ ਉਹਨਾਂ ਦੇ ਬੱਚੇ ਬਦਲ ਗਏ ਆਮੀਨ ਜਿਹੜੇ ਪੜੋਸੀ ਪ੍ਰਭੂ ਜੀ ਕਹਿ ਰਹੇ ਕਿ ਤੁਹਾਡੇ ਨਾਲ ਲੜਦੇ ਆ ਉਹ ਬਹੁਤ ਜਲਦ ਤੁਹਾਨੂੰ ਵੀ ਬੋਲਣਗੇ ਕਿ ਸਾਨੂੰ ਵੀ ਉਸ ਚਰਚ ਵਿੱਚ ਲੈ ਕੇ ਜਾਓ ਆਮੀਨ ਔਰ ਜਿਹੜੇ ਵੀ ਮੈਂ ਨਹੀਂ ਜਾਣਦਾ ਜਿਹੜੇ ਤੋਂ ਪੜੋਸੀ ਭੱਗ ਗਿਆ ਜਿਨ੍ਹਾਂ ਨੂੰ ਪੜੋਸੀ ਪਰੇਸ਼ਾਨ ਕਰਦੇ ਆ ਉਹ ਜਾਦੂ ਟੂਣੇ ਸੰਬੰਧਿਤ ਤੁਹਾਡੇ ਵੱਲ ਘਰ ਚ ਭੇਜਦੇ ਆ ਤੁਹਾਡੇ ਘਰ ਨਾਲ ਦੇ ਕੇ ਉਹ ਗਲਤ ਚੀਜ਼ਾਂ ਭੇਜਦੇ ਆ ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਨੂੰ ਆਤਮਾ ਵਿੱਚ ਛੂਓ ਔਰ ਬੋਲੋ ਕਿ ਪਿਤਾ ਮੈਂ ਉਸ ਪੜੋਸੀ ਨੂੰ ਛੂ ਰਹੀ ਆ ਮੈਂ ਉਸ ਪੜੋਸੀ ਨੂੰ ਛੂਣਾ ਮੈਂ ਆਪਣੀ ਗਵਾਂਢਣ ਨੂੰ ਆਪਣੇ ਗਵਾਂਢੀ ਨੂੰ ਛੂਣਾ ਵਾ ਔਰ ਪਰਮੇਸ਼ਵਰ ਜੋ ਤੁਹਾਡੇ ਦਾਸ ਦੁਆਰਾ ਵਾਜ ਰਹੀ ਆ ਮੈਂ ਸੇਮ ਨਰਮ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਪ੍ਰਭੂ ਜੀ ਕਹਿ ਰਹੇ ਕਿ ਦਾਸ ਪੜਨਾ ਜੁੜੀਆਂ ਜਾਣਗੀਆਂ ਜਿਹੜੀਆਂ ਰੋਜ਼ੀ ਰੱਖਣਗੀਆਂ ਦਾਸ ਪੜਨਾ ਵਾਸਤੇ ਵਾਜੋ ਦਾਸ ਪੜਨਾ ਜੋ ਕਲੀਸੇ ਦੀ ਪੜੋਤੀ ਲਈ ਰੋਜ਼ੇ ਰੱਖਣਗੇ ਕਿ ਕਲੀਸਿਆ ਵਧੇ ਪ੍ਰਭੂ ਜੀ ਕਹਿ ਰਹੇ ਕਿ ਜਿਨ੍ਹਾਂ ਦੀ ਇਨਕਮ ਘਟ ਆ ਉਹ ਵਧਣ ਵਾਸਤੇ ਜਾ ਰਹੀ ਆ ਆਮੇਨ ਜਿਹੜੇ ਸੈਲਰੀ ਲੈਂਦੇ ਜਿਨ੍ਹਾਂ ਦੀ ਸੈਲਰੀ ਘਟ ਵਧ ਰਹੀ ਮੈਨੂੰ ਪਵਿੱਤਰ ਆਤਮਾ ਦੱਸ ਰਿਹਾ ਵਾ ਆਮੇਨ ਪ੍ਰਭੂ ਜੀ ਦੱਸ ਰਹੇ ਜਿਨ੍ਹਾਂ ਦੀ ਸੈਲਰੀ ਘਟ ਵਧਣ ਵਾਸਤੇ ਜਾ ਰਹੀ ਆ ਪਵਿੱਤਰ ਆਤਮਾ ਮੈਨੂੰ ਦੱਸ ਰਿਹਾ ਕਿ ਜਿਹੜੇ ਲੋਕ ਆਪਣੇ ਮਾਲਕ ਤੋਂ ਪਰੇਸ਼ਾਨ ਆ ਕਿ ਸਾਡਾ ਮਾਲਕ ਸਾਡੇ ਨਾਲ ਸਹੀ ਵਰਤਾਓ ਨਹੀਂ ਕਰਦਾ ਪ੍ਰਭੂ ਜੀ ਕਹਿ ਰਹੇ ਨੇ ਕਿ ਨਿਰਾਸ਼ ਨਾ ਹੋ ਮੈਂ ਇੱਕ ਦਿਨ ਉਹਨੂੰ ਪੁੱਛਾਂਗਾ ਪ੍ਰਭੂ ਜੀ ਕਹਿ ਰਹੇ ਕਿ ਜਿਹੜਾ ਵੀ ਕੋਈ ਆ ਇੱਕ ਇੱਕ ਨੂੰ ਇੱਕ ਇੱਕ ਪਾਈ ਦਾ ਲੇਖਾ ਦੇਣਾ ਪਵੇਗਾ ਉਹ ਜਿਹੜਾ ਵੀ ਆ ਪਵਿੱਤਰ ਆਤਮਾ ਮੈਨੂੰ ਦੱਸ ਰਿਹਾ ਜਿਨ੍ਹਾਂ ਤੋਂ ਤੁਸੀਂ ਪਰੇਸ਼ਾਨ ਜੇ ਨਿਰਾਸ਼ ਨਾ ਹੋ ਉਹਨਾਂ ਦੇ ਹੱਕ ਵਿੱਚ ਪ੍ਰੇਰ ਕਰਨੀ ਸ਼ੁਰੂ ਕਰੋ ਉਹ ਬਹੁਤ ਜਲਦ ਤੁਹਾਡੇ ਹੱਕ ਵਿੱਚ ਬੋਲਣਾ ਸ਼ੁਰੂ ਕਰਨਗੇ ਪਵਿੱਤਰ ਆਤਮਾ ਮੈਨੂੰ ਦੱਸ ਰਿਹਾ ਵਾ ਜਿਹੜੇ ਲੋਕ ਤੁਹਾਨੂੰ ਪਰੇਸ਼ਾਨ ਕਰਦੇ ਪ੍ਰਭੂ ਜੀ ਕਹਿ ਰਹੇ ਨੇ ਕਿ ਬਹੁਤ ਜਲਦ ਤੁਹਾਡੇ ਹੱਕ ਵਿੱਚ ਬੋਲਣਗੇ ਬਹੁਤ ਜਲਦ ਉਹ ਤੁਹਾਡੇ ਨਾਲ ਦੀ ਗੱਲ ਕਰਨਗੇ ਪਵਿੱਤਰ ਆਤਮਾ ਬੋਲਿਆ ਕਿ ਤੁਹਾਡੇ ਕੋਲ ਮਾਫੀਆ ਮੰਗਣਗੇ ਕਿ ਮੈਂ ਗਲਤ ਸੀ ਮੈਂ ਗਲਤ ਸਾਂ ਪ੍ਰਭੂ ਜੀ ਕਹਿ ਰਹੇ ਕਿ ਜਿਨ੍ਹਾਂ ਦੇ ਸਿਰ ਭਾਰੇ ਲੈਂਦੇ ਆ ਜਿਨ੍ਹਾਂ ਦੇ ਸਿਰਾਂ ਤੇ ਭਾਰ ਆ ਆਪਣੇ ਸਿਰ ਤੇ ਹੱਥ ਰੱਖੋ ਆਪਣੀ ਬਿਮਾਰੀ ਨੂੰ ਬੋਲੋ ਕਿ ਦੁਸ਼ਟ ਆਤਮਾ ਤੇਰਾ ਕੋਈ ਅਧਿਕਾਰ ਨਹੀਂ ਆ ਮੈਂ ਤੈਨੂੰ ਡਾਂਟਦੀ ਆ ਆਪਣੇ ਜੀਵਨ ਦੇ ਵਿੱਚੋਂ ਮੈਂ ਤੈਨੂੰ ਡਾਂਟਦੀ ਆ ਆਪਣੇ ਘਰ ਦੇ ਵਿੱਚੋਂ ਮੈਂ ਤੈਨੂੰ ਡਾਂਟਦੀ ਆ ਆਪਣੇ ਰਿਸ਼ਤੇ ਵਿੱਚੋਂ ਮੈਂ ਤੈਨੂੰ ਡਾਂਟਦੀ ਆ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਪ੍ਰਭੂ ਦਾ ਆਤਮਾ ਮੈਨੂੰ ਦੱਸ ਰਿਹਾ ਕਿ ਜਿਹੜੇ ਰਿਸ਼ਤੇਦਾਰ ਤੁਹਾਨੂੰ ਛੱਡ ਕੇ ਜਾ ਚੁੱਕੇ ਆ ਉਹ ਬਹੁਤ ਜਲਦ ਤੁਹਾਨੂੰ ਫੋਨ ਕਰਨਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਹੁਤ ਜਲਦ ਤੁਹਾਨੂੰ ਫੋਨ ਆਉਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਦਾ ਦੂਰਾ ਕਿ ਜਿਹਨੇ ਦੇ ਕੰਨਾਂ ਦੇ ਵਿੱਚ ਪ੍ਰੋਬਲਮ ਆ ਜੋ ਇਹ ਜਗ੍ਹਾ ਤੇ ਠੀਕ ਆ ਜੋ ਜਗ੍ਹਾ ਤੇ ਨਹੀਂ ਆ ਉਹਨਾਂ ਨੂੰ ਛੂਓ ਉਹਨਾਂ ਨੂੰ ਕਰ ਦੇ ਕਿ ਪਵਿੱਤਰ ਆਤਮਾ ਠੀਕ ਕਰੇਗਾ ਜਿਹਨੇ ਦੇ ਕੰਨਾਂ ਵਿੱਚ ਪ੍ਰੋਬਲਮ ਪ੍ਰਭੂ ਜੀ ਮੈਨੂੰ ਦੱਸ ਰਿਹਾ ਕਿ ਜੋ ਤੁਹਾਡੇ ਵਿੱਚ ਹੈ ਜਿੱਥੇ ਵੀ ਆ ਉਹਨਾਂ ਨੂੰ ਛੂਓ ਆਤਮਾ ਦੇ ਵਿੱਚ ਬਹੁਤ ਜਲਦ ਤੁਸੀਂ ਆਪਣੇ ਘਰ ਵਿੱਚ ਚੇਂਜ ਦੇਖੋਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੇ ਪੜੋਸੀ ਨੂੰ ਛੂਓ ਆਪਣੇ ਰਿਸ਼ਤੇਦਾਰਾਂ ਨੂੰ ਛੂਓ ਜਿਹੜੇ ਜਿਹਨਾਂ ਦੇ ਬੈਂਕ ਲੋਨ ਰੁਕੇ ਆ ਪ੍ਰਭੂ ਜੀ ਮੈਨੂੰ ਦੱਸ ਰਹੇ ਨੇ ਕਿ ਤੁਸੀਂ ਬਹੁਤ ਜਲਦ ਸਫਲ ਹੋਵੋਗੇ ਜਿਨ੍ਹਾਂ ਦੇ ਬੈਂਕ ਲੋਨ ਰੁਕੇ ਆ ਜਿਨ੍ਹਾਂ ਦੇ ਬੈਂਕ ਦੇ ਵਿੱਚ ਜਾਂਦੇ ਆ ਉਹ ਤੁਹਾਨੂੰ ਵੱਖ ਵੱਖ ਫਾਰਮੈਲਿਟੀ ਕਰਨੀ ਪੈਂਦੀ ਆ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਸ਼ੋਅ ਬੈਂਕ ਲੋਨ ਨੂੰ ਸ਼ੋਅ ਆਪਣੇ ਕ੍ਰੈਡਿਟ ਕਾਰਡ ਨੂੰ ਸ਼ੋਅ ਔਰ ਪ੍ਰਭੂ ਜੀ ਕਹਿੰਦੇ ਬਲੈਸਿੰਗ ਮੰਗਣੀ ਸ਼ੁਰੂ ਕਰੋ ਸਭ 5 ਮਿੰਟ ਬਲੈਸਿੰਗ ਮੰਗਾਵੇ ਸਭ 5 ਮਿੰਟ ਆਪਣੇ ਹੱਥ ਖੜੇ ਕਰੋ 5 ਮਿੰਟ ਵਾਸਤੇ ਹਾਂ 5 ਮਿੰਟ ਵਾਸਤੇ ਬਲੈਸਿੰਗ ਹੀਲਿੰਗ ਔਰ ਬਲੈਸਿੰਗ ਸਾਬਾਨਾ ਕਸੰਦਲਾ ਬਲਕੇ ਦਿਸੰਦਲਾ ਲਬਾ ਰਬਾਨਾ ਕਸੰਦਲੇ ਮੇਰੇ ਵੀਰੇ ਨਾ ਕਸੰਦਲਾ ਬਾ ਸੋ ਬੋਲੇ ਕਿ ਸਿੰਦਲਾ ਬਾ ਸਾਰੇ ਬੋਲੋ ਕਿ ਪ੍ਰਭੂ ਸਾਡੇ ਬਾਤ ਰਸਤੇ ਤਾਂ ਦੀ ਅਗੇ ਨਾਲ ਖੁੱਲ ਜਾਣ ਸਾਰੇ ਬੋਲੋ ਕਿ ਪਵਿੱਤਰ ਆਤਮਾ ਸਾਡੇ ਬਾਤ ਰਸਤੇ ਤਾਂ ਦੀ ਫਾਇਰ Right now. Right now. Right now. Right now. Right now. Right now.
ਸਾਡੇ ਖਰਚ ਦਵਾਈ ਨਹੀਂ ਆਏਗੀ ਪ੍ਰਭੂ ਤੁਹਾਨੂੰ ਦਵਾਈਆਂ ਤੋਂ ਫ੍ਰੀ ਕਰੇ ਨੇ ਜਿਹੜੇ ਵਿਸ਼ਵਾਸ ਕਰਦੇ ਹੋ ਆਮੀਨ ਬੋਲਣਾ ਜਿਹੜੇ ਵਿਸ਼ਵਾਸ ਕਰਦੇ ਹੋ ਆਮੀਨ ਬੋਲਣਾ ਪਰਮਾਤਮਾ ਦਾ ਮਸਾ ਤੁਹਾਡੇ ਉੱਪਰ ਆਇਆ ਵਾ ਪ੍ਰਭੂ ਦੀ ਹਜ਼ੂਰੀ ਨੂੰ ਮਹਿਸੂਸ ਕਰੋ ਪ੍ਰਭੂ ਦਾ ਆਤਮਾ ਤੁਹਾਨੂੰ ਛੂ ਰਿਹਾ ਵਾ ਪ੍ਰਭੂ ਦਾ ਫੇਵਰ ਤੁਹਾਡੇ ਉੱਪਰ ਆ ਰਿਹਾ ਵਾ ਪ੍ਰਭੂ ਦੀ ਗ੍ਰੇਸ ਤੁਹਾਡੇ ਉੱਪਰ ਆ ਰਹੀ ਆ ਤੁਹਾਡੇ ਜੀਵਨ ਨਵੇਂ ਹੋਣ ਵਾਸਤੇ ਜਾ ਰਹੇ ਨੇ ਤੁਸੀਂ ਪੁਰਾਣੀ ਲਾਈਫ ਨੂੰ ਛੱਡ ਰਹੇ ਨੇ ਪ੍ਰਭੂ ਦਾ ਆਤਮਾ ਨੂੰ ਦੱਸ ਰਹੇ ਨੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਆਪ ਤੇ ਬੱਜੀ ਕਰਦੇ ਸੀ ਪਰ ਪ੍ਰਭੂ ਜੀ ਦੱਸ ਰਹੇ ਨੇ ਕਿ ਜੋ ਮੇਰਾ ਦਾਸ ਬੋਲ ਰਿਹਾ ਜਿਹੜੇ ਲੋਕ ਇਹਦੇ ਵਿਸ਼ਵਾਸ ਕਰਨਗੇ ਉਹ ਸੇਮ ਨਹੀਂ ਰਹਿਣਗੇ ਤੁਹਾਡੇ ਘਰਾਂ ਨੂੰ ਬਦਲ ਵਾਸਤੇ ਜਾ ਰਹੇ ਆ ਤੁਹਾਨੂੰ ਨਵੇਂ ਘਰ ਮਿਲਣ ਵਾਸਤੇ ਜਾ ਰਹੇ ਆ ਤੁਹਾਡੇ ਵਾਸਤੇ ਨਵੇਂ ਬਿਜ਼ਨਸ ਖੋਲ ਰਹੇ ਨੇ ਪ੍ਰਭੂ ਦਾ ਆਤਮਾ ਤੁਹਾਨੂੰ ਨਿਰਾਸ਼ਾ ਤੋਂ ਆਜ਼ਾਦ ਕਰਨ ਵਾਸਤੇ ਜਾ ਰਿਹਾ ਵਾ ਜਿਹੜੇ ਲੋਕ ਤੁਹਾਨੂੰ ਦੇਖ ਕੇ ਹੱਸਦੇ ਸੀ ਜਿਹੜੇ ਤੁਹਾਨੂੰ ਸ਼ਰਮਿੰਦਾ ਕਰਦੇ ਸੀ ਪਵਿੱਤਰ ਆਤਮਾ ਮੈਨੂੰ ਬੋਲ ਰਿਹਾ ਕਿ ਬਹੁਤ ਜਲਦ ਤੁਹਾਨੂੰ ਦੇਖ ਕੇ ਹੈਰਾਨ ਹੋਣਗੇ ਬਹੁਤ ਜਲਦ ਤੁਹਾਨੂੰ ਦੇਖ ਕੇ ਹੈਰਾਨ ਹੋਣਗੇ ਪਵਿੱਤਰ ਆਤਮਾ ਨੂੰ ਦੱਸ ਰਿਹਾ ਕਿ ਨਵੀਆਂ ਬਰਕਤਾਂ ਤੁਹਾਡੇ ਘਰ ਚ ਐਂਟਰ ਕਰ ਰਹੀਆਂ ਵਾ ਨਵੀਂ ਆਸ਼ੀਸ਼ ਜਿਹੜੀ ਤੁਹਾਡੇ ਘਰ ਚ ਐਂਟਰ ਹੋ ਰਹੀ ਆ ਨਵੀਂ ਬਲੈਸਿੰਗ ਜਿਹੜੀ ਤੁਹਾਡੇ ਘਰ ਵਿੱਚ ਆ ਰਹੀ ਆ ਪਵਿੱਤਰ ਆਤਮਾ ਦਾ ਮਸਾ ਦਾ ਯਿਸੂ ਰਿਹਾ ਵਾ ਸਭ ਤਾਰੀਫ ਕਰੋ ਪਰਮੇਸ਼ਵਰ ਦੀ ਤੁਹਾਡਾ ਗੁੱਸਾ ਵਾ ਪ੍ਰਭੂ ਜੀ ਕਹਿ ਰਹੇ ਕਿ ਜਿਹੜੇ ਲੋਕ ਗੁੱਸਾ ਕਰਦੇ ਆ